ਜਿਹੜੀ ਬੀਤੀ ਚਰਨਾ ਅੰਦਰ ਗੁਰੂ ਨਾਨਕ ਦਾ ਸਿੱਖ ਗੁਰੂ ਨਾਨਕ ਦਾ ਸੇਵਕ ਸੰਤ ਰੰਗ ਚੜ ਗਿਆ ਹੈ ਸੀ ਮਜ਼ਦੂਰ ਕਰਦਾ ਸੀ ਮਜ਼ਦੂਰੀ ਪਿੰਡ ਦੂਰ ਦਰੇਡੇ ਹੁੰਦੇ ਸੀ ਸ਼ਾਹੂਕਾਰਾਂ ਦਾ ਸਮਾਨ ਚੱਕ ਕੇ ਜਾ ਕੇ ਛੱਡ ਆਉਣਾ ਸੀ ਗੁਰੂ ਨਾਨਕ ਦਾ ਸਿੱਖ ਗੁਰੂ ਨਾਨਕ ਦਾ ਸੇਵਕ ਇਹ ਨਾਮ ਜਪਣ ਵਾਲੇ ਦਰਗਾਹ 'ਚ ਪ੍ਰਵਾਨ ਹੋ ਜਾਂਦੀ ਆ ਪ੍ਰਵਾਨ ਹੋ ਜਾਂਦੀ ਆ ਬਾਬਾ ਜੀ ਦੇ ਇੱਕ ਸੇਵਕ ਸਰੀਰ ਛੱਡ ਗਿਆ ਦਰਗਾਹ 'ਚ ਗਿਆ ਕਹਿੰਦਾ ਬਾਬਾ ਜੀ ਉੱਥੇ ਦਰਗਾਹ 'ਚ ਤੁਸੀਂ ਵੀ ਸੀ ਇਹ ਜਿਹੜੇ ਤੁਹਾਡੇ ਕੀਰਤਨੀ ਇਹਨਾਂ ਇਹ ਵੀ ਉੱਥੇ ਕੀਰਤਨ ਕਰ ਰਹੇ ਸੀ ਤੁਹਾਡਾ ਪਹਿਰੇਦਾਰ ਵਿਸ਼ਨੂੰ ਵੀ ਉੱਥੇ ਮਿਲਿਆ ਜਿਹੜੇ ਤੁਹਾਡੇ ਪਹਿਰੇ ਦਿੰਦੇ ਆ ਵਿਸ਼ਨੂੰ ਜੀ ਨਾਂ ਸੀ ਉਹਨਾਂ ਦਾ ਕਹਿੰਦੇ ਜੀ ਉਹ ਵੀ ਦਰਗਾਹ ਵਿੱਚ ਹੈਗਾ ਸੀ ਕੀਰਤਨ ਕਰਨ ਵਾਲੇ ਵੀ ਕੀਰਤਨੀ ਇਹੀ ਸੀ ਉੱਥੇ ਅਤੇ ਫਿਰ ਮੈਨੂੰ ਵਾਪਸ ਤੁਸੀਂ ਮੋੜਤਾ ਵੀ ਅਜੇ ਤਾਂ ਤੂੰ ਸੇਵਾ ਕਰਨੀ ਦਰਗਾਹ ਵਿੱਚ ਵੀ ਤੁਸੀਂ ਜੇ ਇੱਥੇ ਵੀ ਤੂੰ ਹੈ ਉੱਥੇ ਵੀ ਤੂੰ ਹੈ ਹੇ ਮੇਰੇ ਸਤਿਗੁਰਾ ਇਸ ਦੁਨੀਆ 'ਚ ਵੀ ਤੂੰ ਹੈ ਅੱਗੇ ਪ੍ਰਲੋਕ ਵਿੱਚ ਵੀ ਕੋਈ ਹੋਰ ਨਹੀਂ ਤੂੰ ਹੀ ਹੈ ਇਹ ਚੀਜ਼ਾਂ ਪ੍ਰਵਾਨ ਹੋ ਜਾਂਦੀਆਂ ਜਿਹੜੀਆਂ ਮਹਾਂਪੁਰਸ਼ਾਂ ਨਾਲ ਜੁੜ ਕੇ ਉਹਨਾਂ ਦੇ ਸੰਗ 'ਚ ਲੱਗ ਜਾਂਦੀ ਸਿੱਖ ਸੀ ਗੁਰੂ ਨਾਨਕ ਦੇਵ ਜੀ ਦਾ ਅਤੇ ਪ੍ਰਵਾਨ ਹੋ ਗਿਆ ਕਰਦਾ ਸੀ ਮਜ਼ਦੂਰੀ ਰਹਿੰਦਾ ਸੀ ਰੰਗ ਵਿੱਚ ਆਪਣੀ ਮਰਿਆਦਾ 'ਚ ਰਹਿੰਦਾ ਸੀ ਕਦੀ ਵੀ ਜ਼ਿੰਦਗੀ ਦੀ ਮਰਿਆਦਾ ਨਹੀਂ ਵਿਗਾੜਦਾ ਸੀ ਪਰ ਦਰਗਾਹ ਵਿੱਚ ਪ੍ਰਵਾਨ ਸੀ ਉਹਦਾ ਨੇਮ ਸੀ ਕਿ ਜਿੰਦਾ ਵੀ ਸਮਾਨ ਛੱਡ ਕੇ ਆਉਣਾ ਉਹਦੇ ਤੋਂ ਜਾਂ ਤਾਂ ਗੁਰੂ ਦੀ ਗੱਲ ਸੁਣਨੀ ਜਾਂ ਉਹਨੂੰ ਸੁਣਾਉਣੀ ਸ਼ਾਹੂਕਾਰ ਸੀ ਪਠਾਨ ਸਮਾਨ ਚੱਕ ਲਿਆ ਵੀ ਮੇਰੇ ਪਿੰਡ ਛੱਡਿਆ ਕਹਿਣ ਲੱਗੇ ਵੀ ਸ਼ਾਹੂਕਾਰਾ ਸਮਾਨ ਤਾਂ ਮੈਂ ਲੈ ਜਾਂਦਾ ਮਜ਼ਦੂਰੀ ਮੇਰੀ ਥੋੜ੍ਹੀ ਹੋਈ ਹੈ ਜਿੰਨੀ ਆਮ ਸਾਰੇ ਲੈਂਦੇ ਆ ਇੱਕ ਟਕਾ ਜੋ ਮਜ਼ਦੂਰੀ ਬਣਦੀ ਹੈ ਪਰ ਮੈਂ ਸਮਾਨ ਉਹਦਾ ਲੈ ਕੇ ਜਾਣਾ ਜਿਹੜਾ ਮੈਨੂੰ ਰਾਹ ਵਿੱਚ ਰੱਬ ਦੀ ਗੱਲ ਸੁਣੇ ਮੇਰੇ ਕੋਲੋਂ ਜਾਂ ਸੁਣਾਵੇ ਕਹਿਣ ਲੱਗਾ ਠੀਕ ਹੈ ਆਪਾਂ ਰੱਬ ਦੀ ਗੱਲ ਹੀ ਕਰਾਂਗੇ ਦੂਜੀ ਨਹੀਂ ਕਰਾਂਗੇ ਆਖੋ ਸ੍ਰੀ ਵਾਹਿਗੁਰੂ ਇਹੋ ਜਿਹੇ ਜੀਵਨ ਦੇ ਸਾਥ ਬਣਾਓ ਜਿਨ੍ਹਾਂ ਨਾਲ ਇਹ ਪਹਿਲੋਂ ਗੱਲ ਕਰੋ ਵੀ ਆਪਾਂ ਰੱਬ ਦੀ ਗੱਲ ਹੀ ਕਰਨੀ ਹੈ ਦੂਜੀ ਨਹੀਂ ਕਰਨੀ ਕਿਸੇ ਨੂੰ ਪੁੱਠੀ ਮੱਤ ਦੇਣੀ ਲੜਾਈ ਝਗੜਿਆਂ ਵਾਲੀ ਕਲੇਸ਼ ਵਾਲੀ ਗਲਤ ਗੱਲਾਂ ਸਿਖਾਉਣੀਆਂ ਇਸ ਤਰ੍ਹਾਂ ਬਣ ਕੇ ਰਹੀਦਾ ਅਸੀਂ ਘਰ ਵਿੱਚ ਰਹੀਦਾ ਆਹ ਕੁਝ ਆਖੀਦਾ ਆਪਣਾ ਰੋਬ ਰੱਖੀਦਾ ਇਹ ਗੱਲਾਂ ਤਾਂ ਖੋਟੀਆਂ ਨੇ ਰੱਬ ਸਹਾਈ ਹੋਵੇ ਬਾਬਾ ਜੀ ਦੇ ਕੋਲ ਦੋ ਮਾਵਾਂ ਧੀਆਂ ਚਰਨਾਂ 'ਚ ਆ ਗਈਆਂ ਪਤੀ ਸਿਰ ਤੋਂ ਚਲਾ ਗਿਆ ਰੋਟੀ ਦਾ ਹੀਲਾ ਵਸੀਲਾ ਨਹੀਂ ਸੀ ਮਾਂ ਨੇ ਸੋਚਿਆ ਮੈਂ ਕਿੱਥੇ ਕਮਾਵਾਂ ਕਿੱਥੋਂ ਧੀ ਨੂੰ ਪਾਲਾਂ ਕਿਵੇਂ ਇਹਦੀ ਸ਼ਾਦੀ ਕਰਾਂਗੀ ਮੈਨੂੰ ਕੋਈ ਸਹਾਰਾ ਮਿਲ ਜੇ ਸਹਾਰਾ ਮਿਲ ਗਿਆ ਬਾਬਾ ਮਾਂ ਹਰਨਾਮ ਸਿੰਘ ਦਾ ਆਖੋ ਸ੍ਰੀ ਵਾਹਿਗੁਰੂ ਰੂਮੀ ਵਾਲਿਆਂ ਦਾ ਡੇਰੇ ਵਿੱਚ ਆ ਕੇ ਵਿਰਲਾਪ ਕੀਤਾ ਮੇਰਾ ਕੋਈ ਨਹੀਂ ਮੇਰਾ ਕੋਈ ਨਹੀਂ ਜਿੰਦਾ ਹੋਵੇ ਨਾ ਜਹਾਨ ਵਿੱਚ ਕੋਈ ਬਾਬਾ ਜੀ ਬਣਾਉਂਦੇ ਆਪਣਾ ਮਾਵਾਂ ਧੀਆਂ ਸੀ ਸਭ ਭੈਣਾਂ ਭਾਈਆਂ ਨੇ ਜਵਾਬ ਦੇ ਤਾ ਅਸੀਂ ਨਹੀਂ ਤੈਨੂੰ ਰੋਟੀ ਦੇ ਸਕਦੇ
तेरी धी का बोझ कौन चकेगा, भरा भी मूह फेर गए, भैणा भी अंग साक, सबने जवाब देता रोटी तो भी औखी माई। बाबा जी दे दर दा सहारा, गुरु नानक दे दर दा सहारा लेके आ गई, जिंदा होवे ना जहान विच कोई, जिंदा होवे ना जहान विच कोई, बाबा जी बनाउंदे अपना, जिंदा होवे ना जहान विच कोई, बाबा जी बनाउंदे अपना, जिंदा होवे ना जहान विच कोई। हाँ, बाबा जी ने चरणा च सेवा दे दी, बर्तन मांजो, झाड़ू लाओ, सेवा करो। बाबा जी मेरी धी, इंदा घर बार तुसी कृपा करनी। बाबा जी कहन लगे, देवी जदों भी इंदे गलबात करनी, साढ़े पुछे तो बगैर ना करियो, असी आपे ही करांगे। कुदरती कोई रिश्तेदार एक साक लेके आ गया, बीबी नू अच्छा लग गया,
इन्हें गलबात कर ली, विआह भी रख लिया। बाबा इन्हू दसिया बाद च महाराज जी घर चंगा सी। मैं क्या हथों ना निकल जे तुहाडे तो आग्या नहीं ले गई तो माफ कर दियो, विआह भी रख लिया। बाबा जी कहिंदे बहुत गलती की थी तू माई, इंदा घर बार असी वेखना सी। पहलो सानू पुछना सी हुण तू दस की कर रही है, करके दसन लगी। बाबा जी मैं बहुत कष्ट भोगया तो हुण कृपा करो किदे मेरी धी की भी उम्र एवी ना लंघे, मैं बहुत संकट भोगे, दुख ही दुख वेखिया सुख नहीं वेखिया। बाबा जी कहिंदे माई जे सुख होंदे तू साडे कोल भी नहीं आउणा सी, ए दुखां नूं मत्थे टेक जिहड़े तैनूं साडे कोल लै आए ने, ए जिहड़े तैनूं दुख देखे ना जिंदगी च ए तू तप कीता है, ओ तेरी तपस्या घर दी परिवार दी, पति अगे पति माड़ा सी सारे औगण सी तेरे विच सिदक सी, तू सारा कुछ सहन करती रही है, वह तेरी तपस्या है। जेड़ी औरत पति दे घर दा सब कुछ सहन करके चलती है ना, वो एक साधु वांगू तप करती है, तराशी जांदी है तराशी, उंदी तपस्या है। बाबा जी कहिंदे उस तपस्या ने साडे नाल मेल कराया तेरा, पर तू रिश्ता करना नहीं सी, असी आपे कर दे। बाबा जी हुण बाबा जी कहिंदे हुण ठीक है रहण दे, हुण फिर जिहो जिहा समा होया संभालांगे। विआह करता लड़की दा, बड़े चावां नाल विआह के लैके गए, देना लेना की सी गरीबड़ी सी, पति ते सस लगे फिर दोनों तंग करन। इंदी सस कदी कोई तू मत ला दे, कदी कोई ला दे, इन्हें आ कीता, इन्हें आ लकोलिया, इन्हें आ माणू भेजता, पति मगर लग जी, रोज कुटन, सस भी मारे पति भी मारे। दस तेरा कौन है? कहिंदी मेरे रूमी वाले बाबा जी ने आखो सी। तेरे बाबे इत्थे की करनगे? सस ने बड़े पति दे कन्न भरे इंदे, वो कह मैं तेरे चो सारा कोई कढ़ना है, कमियां उंदे च अपने च सी ओ सारियां नूं ते पा दे करे, ते पति उंदे दुआले हो जाए। एक दिन पति इन्ना क्रोप होया, इन्ना गुस्से च आया कि अज इंदे तो सारा कुछ पुछना है, सब कुछ मनाउणा है। कहन लगा तू किवें नहीं मन्नेगी, किवें नहीं दसेंगी, सरिए पाते अग विच भी तत्ते कर करके तेनू ला ला के साड़ साड़ के पुछना, इन्हां सरियां दे नाल कुट कुट के तेनू मारना है। आप शराब पीन वास्ते चला गया, बाहरों ला गया कुंडा के आण के करांगा साब किताब, के शराब विच कमड़ा शदाई होके फिर तेरे नाल हिसाब किताब करांगा। हुण इंदा कोई नहीं, ना इंदी मां ना इंदा प्यो जिहड़ा इंदी सहायता करे, इक्को ही पुच्छो वाले बाबा जी आखो।